ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਰਲ ਦੇ ਕੋਚੀ ਵਿਖੇ 4,000 ਕਰੋੜ ਰੁਪਏ ਤੋਂ ਵੱਧ ਦੇ 3 ਵੱਡੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਅੱਜ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਇੱਕ ਡਰਾਈ ਡੋਕ ਸਹੂਲਤ ਅਤੇ ਕੋਚੀਨ ਸ਼ਿਪਯਾਰਡ ਦੀ ਇੱਕ ਕੌਮਾਂਤਰੀ ਜਹਾਜ਼ ਮੁਰੰਮਤ ਸਹੂਲਤ ਸ਼ਾਮਲ ਹੈ। ਪ੍ਰਧਾਨ ਮੰਤਰੀ ਮੋਦੀ ਪੁਥੁਵਾਈਪੀਨ ਵਿਖੇ ਇੰਡੀਅਨ ਆਇਲ ਦੇ ਅਤ ਆਧੁਨਿਕ LPG ਟਰਮੀਨਲ ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਜਦੋਂ ਭਾਰਤ ਵਿਸ਼ਵ ਵਪਾਰ ਦਾ ਕੇਂਦਰ ਬਣ ਰਿਹਾ ਏ, ਦੇਸ਼ ਆਪਣੀ ਸਮੁੰਦਰੀ ਤਾਕਤ ਵਧਾ ਰਿਹਾ ਏ। ਉਨ੍ਹਾਂ ਕਿਹਾ ਕਿ ਨਵੀਆਂ ਵਿਸ਼ੇਸ਼ਤਾਵਾਂ ਦੇ ਉਦਘਾਟਨ ਨਾਲ ਕੋਚੀਨ ਸ਼ਿਪਯਾਰਡ ਦੀ ਸਮਰੱਥਾ ਕਈ ਗੁਣਾ ਵੱਧ ਜਾਵੇਗੀ। ਅੱਜ ਭਾਰਤ ਕੋ ਦੁਨੀਆ ਵਿਸ਼ਵ ਮਿੱਤਰ ਕੇ ਰੂਪ ਮੇਂ ਦੇਖ ਰਹੀ ਹੈ। ਪੂਰੀ ਦੁਨੀਆ ਮੇਂ ਭਾਰਤ ਔਰ ਭਾਰਤੀਯੋਂ ਕਾ ਗੌਰਵ ਨਈ ਬੁਲੰਦੀ ਪਰ ਹੈ। ਇਸਕਾ ਬਿਹਤਰੀਨ ਉਦਾਹਰਣ ਗਲਫ ਦੇਸ਼ੋਂ ਕੇ ਸਾਥ ਹਮਾਰੇ ਸੰਬੰਧ ਹੈ। ਆਜ ਗਲਫ ਕੇ ਦੇਸ਼ੋਂ ਸੇ ਭਾਰਤ ਕੇ ਸੰਬੰਧ ਇਤਿਹਾਸ ਕੇ ਸਬਸੇ ਮਜ਼ਬੂਤ ਦੌਰ ਸੇ ਗੁਜ਼ਰ ਰਹੇ। ਗਲਫ ਕੇ ਦੇਸ਼ੋਂ ਮੇਂ ਭਾਰਤੀਯੋਂ ਕਾ ਸਮਾਨ ਵੀ ਬੜਾ ਹੈ, ਉਨਕੇ ਲੀਏ ਅਵਸਰ ਵੀ ਬੜੇ ਹੈ ਔਰ ਉਨ੍ਹੇ ਸੁਰੱਖਿਆ ਕਾ ਭਰੋਸਾ ਵੀ ਮਿਲਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸ਼ਹਿਰ ਦੀ ਮਰੀਨ ਡਰਾਈਵ ਵਿਖੇ ਭਾਜਪਾ ਸ਼ਕਤੀ ਕੇਂਦਰ ਦੇ ਇੰਚਾਰਜਾਂ ਦੀ ਮੀਟਿੰਗ ਨੂੰ ਵੀ ਸੰਬੋਧਨ ਕੀਤਾ।